ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬੀਤੇ ਦਿਨ ਜਿੱਥੇ ਐਲਾਨ ਹੋਇਆ ਕਿ 15 ਅਕਤੂਬਰ ਨੂੰ ਚੋਣਾਂ ਹੋ ਜਾਣਗੀਆਂ, ਪੂਰੀ ਪ੍ਰਕਿਰਿਆ ਹੁਣ ਤੱਕ ਤੁਸੀਂ ਜਾਣ ਚੁੱਕੇ ਹੋਵੋਗੇ ਅਤੇ ਹੁਣ ਰਾਖਵਾਂ ਕਰਨ ਦੇ ਉੱਤੇ ਨਜ਼ਰ ਟਿਕੀ ਹੋਈ ਸੀ। ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਕਿ ਪੂਰੇ ਪ੍ਰਬੰਧ ਕੀਤੇ ਨਹੀਂ, ਸੂਚੀ ਜਾਰੀ ਨਹੀਂ ਕੀਤੀ ਅਤੇ ਪਹਿਲਾਂ ਹੀ ਐਲਾਨ ਕਰਵਾ ਦਿੱਤਾ ਚੋਣ ਕਮਿਸ਼ਨ ਤੋਂ ਕਹਿ ਕੇ। ਇਹ ਗੱਲ ਠੀਕ ਨਹੀਂ, ਇਹ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਾਸਰ ਧੱਕੇਸ਼ਾਹੀ ਹੋ ਰਹੀ ਹੈ ਔਰ ਵਿਧਾਇਕਾਂ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਅਧਿਕਾਰੀਆਂ ਦੇ ਉੱਤੇ ਕਿ ਰਾਖਵਾਂ ਕਰਨ ਨੂੰ ਲੈ ਕੇ ਕਿੱਥੇ ਜਨਰਲ ਸੀਟ ਰੱਖਣੀ ਹੈ ਅਤੇ ਕਿੱਥੇ ਜ਼ਿਲ੍ਹੇ ਪੱਧਰ ਦੇ ਉੱਤੇ ਪਹਿਲਾਂ ਹੁੰਦੀ ਸੀ ਰਾਖਵਾਂ ਕਰਨ ਦੀ ਪ੍ਰਕਿਰਿਆ, ਰੋਸਟਰ ਤਿਆਰ ਹੁੰਦੇ ਸੀ ਅਤੇ ਹੁਣ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧਾਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੋਧ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਇਹ ਬਲਾਕ ਪੱਧਰ ਦੇ ਉੱਤੇ ਨਵੇਂ ਸਿਰਿਓਂ ਰੋਸਟਰ ਤਿਆਰ ਹੋਣੇ ਸਨ ਅਤੇ ਹੁਣ ਤੱਕ ਵਿਧਾਇਕਾਂ ਨੇ ਆਪਣੀਆਂ ਸਿਫਾਰਿਸ਼ਾਂ ਲਾਈਆਂ, ਇਹ ਇਲਜ਼ਾਮ ਲਾਏ ਗਏ ਨੇ ਵਿਰੋਧੀ ਧਿਰ ਦੇ ਆਗੂਆਂ ਦੇ ਵੱਲੋਂ ਅਤੇ ਹੁਣ ਸਭ ਤੋਂ ਪਹਿਲਾਂ ਜ਼ਿਲ੍ਹਾ, ਕਿਉਂਕਿ ਜ਼ਿਲ੍ਹਾ ਵਾਈਜ਼ ਇਹ ਆਉਣੇ ਸੀ ਰਾਖਵ ਕਰਨ ਦੀ ਸੂਚੀ, ਤਾਂ ਜ਼ਿਲ੍ਹਾ ਪਟਿਆਲਾ ਨੇ ਪਹਿਲਕਦਮੀ ਇਸ ਦੇ ਉੱਤੇ ਕਰ ਦਿੱਤੀ ਹੈ। ਬੇਸ਼ੱਕ ਵਿਰੋਧੀ ਧਿਰ ਦੇ ਲੀਡਰਾਂ ਦੇ ਮੁਤਾਬਕ ਦੇਰੀ ਨਾਲ ਰਾਖਵਾਂ ਕਰਨ ਦੀਆਂ ਸੂਚੀਆਂ ਆ ਰਹੀਆਂ ਨੇ, ਕਿਉਂਕਿ 27 ਤੋਂ ਯਾਨੀ ਕਿ ਕੱਲ੍ਹ ਤੋਂ ਤਾਂ ਕਾਗਜ਼ ਭਰਨੇ ਹੀ ਸ਼ੁਰੂ ਹੋ ਜਾਣਗੇ ਨਾਮਜ਼ਦਗੀ ਪੱਤਰ। ਪਰ ਉਸ ਤੋਂ ਪਹਿਲਾਂ ਥੋੜ੍ਹੇ ਹੀ ਜ਼ਿਲ੍ਹੇ ਨੇ ਜਿਨ੍ਹਾਂ ਦੇ ਵੱਲੋਂ ਅੱਜ 12 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਨੂੰ, ਯਾਨੀ ਕਿ ਜਦੋਂ ਤੱਕ ਲੋਕਾਂ ਨੇ ਚੈਨ ਦੀ ਨੀਂਦ ਸੋਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਰਾਖਵਾਂ ਕਰਨ ਦੀਆਂ ਜਿਹੜੀਆਂ ਨੇ ਸੀਟਾਂ ਆਉਂਦੀਆਂ ਨੇ, ਕਿੰਨੀ ਸੂਚੀ ਆਉਂਦੀ ਹੈ। ਪਟਿਆਲੇ ਨੇ ਪਹਿਲਕਦਮੀ ਕੀਤੀ ਹੈ, ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਵੱਲੋਂ ਸੂਚੀ ਪੂਰੀ ਤਿਆਰ ਕਰ ਦਿੱਤੀ ਗਈ ਹੈ 1022 ਗ੍ਰਾਮ ਪੰਚਾਇਤਾਂ ਪਟਿਆਲੇ ਜ਼ਿਲ੍ਹੇ ਦੀਆਂ, ਜਿਨ੍ਹਾਂ ਦੀ ਚੋਣ ਪ੍ਰਕਿਰਿਆ ਜਾਰੀ ਕੀਤੀ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਪ੍ਰੀਤੀ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਬਾਕੀ ਪੰਜਾਬ ਸੂਬੇ ਦੇ ਵਾਂਗ ਹੋਣਗੀਆਂ। ਚੋਣ ਪ੍ਰੋਗਰਾਮ ਅਨੁਸਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਵੀ 27 ਸਤੰਬਰ 2024 ਤੋਂ ਸ਼ੁਰੂ ਹੋ ਜਾਣਗੇ, ਯਾਨੀ ਕਿ ਕੱਲ੍ਹ ਤੋਂ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਸੰਬੰਧਿਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਾਗਜ਼ ਭਰ ਸਕਦੇ ਨੇ। ਇਸੇ ਤਰ੍ਹਾਂ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਆ ਜਿਹੜੀ ਉਹ 4 ਤਰੀਕ ਤੱਕ ਹੈ, 4 ਅਕਤੂਬਰ ਸ਼ੁੱਕਰਵਾਰ ਤੱਕ, ਇੱਕ ਹਫ਼ਤੇ ਦਾ ਲਗਭਗ ਸਮਾਂ ਦੇ ਦਿੱਤਾ ਗਿਆ ਅਤੇ 28/9/2024 ਨੂੰ ਜਿਹੜਾ ਕੀ ਹੈ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਜਨਤਕ ਛੁੱਟੀ ਹੋਣ ਕਾਰਨ ਕੋਈ ਵੀ ਨਾਮਜ਼ਦਗੀ ਆ ਜਿਹੜੀ ਉਹ ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਕਰੂਟਨੀ ਜਿਸ ਨੂੰ ਕਿਹਾ ਜਾਂਦਾ ਉਹ 5 ਅਕਤੂਬਰ ਨੂੰ ਸ਼ਨੀਵਾਰ ਨੂੰ ਹੋਵੇਗੀ। ਹੁਣ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ ਵੀ ਆ ਜਿਹੜੀ ਉਹ 7 ਤਰੀਕ ਹੈ, ਜਿਵੇਂ ਕਿ ਪਹਿਲਾਂ ਪੰਜਾਬ ਦੇ ਰਾਜ ਚੋਣ ਅਧਿਕਾਰੀ ਨੇ ਜਿਹੜੇ ਰਾਜ ਕਮਲ ਚੌਧਰੀ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਹੈ। ਇਹ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਕਿ ਰਾਖਵਾਂ ਕਰਨ ਦੇ ਉੱਤੇ ਕਿ ਕਿੰਨੀਆਂ ਪੰਚਾਇਤਾਂ ਦੇ ਵਿੱਚ ਰਾਖਵਾਂ ਕਰਨ ਪਾਇਆ ਗਿਆ। ਡਾਕਟਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਦੀਆਂ ਕੁੱਲ 1022 ਜਿਹੜੀਆਂ ਗ੍ਰਾਮ ਪੰਚਾਇਤਾਂ 'ਚੋਂ 313 ਸੀਟਾਂ ਰਿਜ਼ਰਵ ਨੇ, ਜਿਸ ਵਿੱਚੋਂ 156 SC ਔਰਤਾਂ ਲਈ ਰਾਖਵੀਆਂ ਨੇ, ਬਾਕੀ 709 ਸੀਟਾਂ ਵਿੱਚੋਂ 355 ਔਰਤਾਂ ਅਤੇ 354 ਜਨਰਲ ਸੀਟਾਂ ਨੇ। ਉਹਨਾਂ ਬਲਾਕ ਵਾਰ ਵੇਰਵੇ ਜਿਹੜੇ ਨੇ ਉਹ ਦਿੱਤੇ ਨੇ। ਬਲਾਕ ਭੁੰਨਰ ਹੇੜੀ ਦੀਆਂ 144 ਗ੍ਰਾਮ ਪੰਚਾਇਤਾਂ ਵਿੱਚੋਂ 29 ਸੀਟਾਂ SC ਉਮੀਦਵਾਰ ਲਈ ਰਾਖਵੀਆਂ ਰੱਖੀਆਂ ਗਈਆਂ ਨੇ, ਜਿਸ ਵਿੱਚੋਂ 15 ਸੀਟਾਂ SC ਔਰਤਾਂ ਲਈ ਰਾਖਵੀਆਂ ਨੇ। ਫਿਰ ਅਗਲੇ ਬਲਾਕ ਦੀ ਗੱਲ ਕੀਤੀ ਜਾਵੇ ਜੇਕਰ, ਜਿਵੇਂ ਕਿ 115 ਸੀਟਾਂ ਬਾਕੀ ਬਚੀਆਂ ਅਤੇ 57 ਸੀਟਾਂ ਔਰਤਾਂ ਲਈ ਅਤੇ 58 ਜਨਰਲ ਸੀਟਾਂ ਨੇ, ਬਲਾਕ ਘਨੌਰ ਅੱਗੇ ਆ ਜਾਂਦਾ। ਬਲਾਕ ਘਨੌਰ ਦੀਆਂ 85 ਗ੍ਰਾਮ ਪੰਚਾਇਤਾਂ 'ਚੋਂ 23 ਸੀਟਾਂ SC ਉਮੀਦਵਾਰਾਂ ਲਈ ਰਾਖਵੀਆਂ ਨੇ, ਜਿਸ ਵਿੱਚੋਂ 11 ਸੀਟਾਂ ਔਰਤਾਂ ਲਈ ਰਾਖਵੀਆਂ ਨੇ SC ਔਰਤਾਂ ਲਈ, ਬਾਕੀ ਬਚੀਆਂ ਜਿਹੜੀਆਂ 62 ਸੀਟਾਂ ਵਿੱਚੋਂ 31 ਔਰਤਾਂ ਲਈ ਅਤੇ 31 ਜਨਰਲ ਸੀਟਾਂ ਰੱਖ ਦਿੱਤੀਆਂ ਗਈਆਂ ਨੇ। ਬਲਾਕ ਨਾਭਾ ਵਿਖੇ ਜੇਕਰ ਗੱਲ ਕੀਤੀ ਜਾਵੇ ਤਾਂ 141 ਗ੍ਰਾਮ ਪੰਚਾਇਤਾਂ ਵਿੱਚੋਂ 53 SC ਉਮੀਦਵਾਰਾਂ ਲਈ ਰਾਖਵੀਆਂ ਨੇ, ਜਿਸ ਵਿੱਚੋਂ 27 ਸੀਟਾਂ SC ਔਰਤਾਂ ਲਈ ਰਿਜ਼ਰਵ ਨੇ। ਨਾਭਾ ਹਲਕਾ ਵਿਧਾਨ ਸਭਾ ਦਾ ਵੀ ਰਿਜ਼ਰਵ ਹੈ, ਜਿਸ ਵਿੱਚੋਂ 27 ਸੀਟਾਂ SC ਔਰਤਾਂ ਲਈ
ਰਾਖਵੀਆਂ ਨੇ ਉਸ ਬਲਾਕ ਦੇ ਵਿੱਚ। ਫਿਰ ਅੱਗੇ ਜੇਕਰ ਗੱਲ ਕੀਤੀ ਜਾਵੇ ਬਾਕੀ ਬਚੀਆਂ 88 ਸੀਟਾਂ ਵਿੱਚੋਂ 44 ਔਰਤਾਂ ਲਈ ਅਤੇ 44 ਹੀ ਜਨਰਲ ਸੀਟਾਂ ਰੱਖੀਆਂ ਗਈਆਂ ਨੇ, ਯਾਨੀ ਕਿ 50% ਰਿਜ਼ਰਵੇਸ਼ਨ ਆ ਜਨਰਲ ਸੀਟਾਂ 'ਚ ਔਰਤਾਂ ਨੂੰ ਦਿੱਤੀ ਗਈ ਹੈ। ਬਲਾਕ ਪਟਿਆਲਾ ਵਿਖੇ ਜਿਹੜਾ ਕਿ 100 ਗ੍ਰਾਮ ਪੰਚਾਇਤਾਂ ਵਿੱਚੋਂ 30 ਸੀਟਾਂ ਐਸ ਸੀ ਉਮੀਦਵਾਰਾਂ ਲਈ ਰਿਜ਼ਰਵ ਨੇ, ਜਿਨ੍ਹਾਂ ਦੇ ਵਿੱਚੋਂ 15 ਸੀਟਾਂ ਐਸ ਸੀ ਔਰਤਾਂ ਲਈ ਰਾਖਵੀਆਂ ਨੇ ਅਤੇ ਬਾਕੀ 70 ਸੀਟਾਂ ਜਿਹੜੀਆਂ ਰਹਿ ਗਈਆਂ ਉਹਨਾਂ ਵਿੱਚੋਂ 35 ਜਨਰਲ ਅਤੇ 35 ਜਨਰਲ ਔਰਤਾਂ ਦੇ ਲਈ। ਬਲਾਕ ਪਟਿਆਲਾ ਦਿਹਾਤੀ ਦੇ ਵਿੱਚ 60 ਗ੍ਰਾਮ ਜਿਹੜੀਆਂ ਸੀਟਾਂ ਨੇ ਗ੍ਰਾਮ ਪੰਚਾਇਤਾਂ, ਜਿਨ੍ਹਾਂ ਵਿੱਚੋਂ 18 ਸੀਟਾਂ ਰਿਜ਼ਰਵ ਨੇ, ਜਿਸ ਵਿੱਚੋਂ 9 ਸੀਟਾਂ ਐਸ ਸੀ ਔਰਤਾਂ ਲਈ ਰਿਜ਼ਰਵ ਨੇ ਅਤੇ ਬਾਕੀ 22 ਜਿਹੜੀਆਂ 42 ਸੀਟਾਂ ਵਿੱਚੋਂ 21 ਨੇ ਜਿਹੜੀਆਂ ਉਹ ਜਨਰਲ ਔਰਤਾਂ ਅਤੇ ਜਨਰਲ ਮਰਦਾਂ ਦੇ ਲਈ ਰਾਖਵੀਆਂ ਨੇ। ਬਲਾਕ ਪਾਤੜਾਂ ਦੀ ਗੱਲ ਕੀਤੀ ਜਾਵੇ ਤਾਂ 105 ਗ੍ਰਾਮ ਪੰਚਾਇਤਾਂ ਨੇ, ਜਿਨ੍ਹਾਂ ਵਿੱਚੋਂ 44 ਸੀਟਾਂ ਐਸ ਸੀ ਰੱਖ ਲਈਆਂ ਗਈਆਂ ਨੇ, ਜਿਸ ਵਿੱਚੋਂ 22 ਸੀਟਾਂ ਐਸ ਸੀ ਔਰਤਾਂ ਲਈ ਰਿਜ਼ਰਵ ਨੇ। ਬਾਕੀ ਦੀਆਂ 61 ਸੀਟਾਂ ਵਿੱਚੋਂ 31 ਔਰਤਾਂ ਲਈ ਅਤੇ 30 ਜਨਰਲ ਮਰਦਾਂ ਲਈ ਸੀਟਾਂ ਰੱਖੀਆਂ ਗਈਆਂ ਨੇ। ਬਲਾਕ ਰਾਜਪੁਰਾ ਦੀ ਅੱਗੇ ਗੱਲ ਕਰਦੇ ਹਾਂ ਤਾਂ 95 ਗ੍ਰਾਮ ਪੰਚਾਇਤਾਂ ਦੇ ਵਿੱਚੋਂ 29 ਐਸ ਸੀ ਰਿਜ਼ਰਵ ਰੱਖੀਆਂ ਗਈਆਂ ਨੇ, 14 ਸੀਟਾਂ ਐਸ ਸੀ ਔਰਤਾਂ ਲਈ ਰੱਖੀਆਂ ਗਈਆਂ ਨੇ, ਬਾਕੀ ਮਰਦਾਂ ਦੇ ਲਈ ਐਸ ਸੀ, ਔਰ 66 ਸੀਟਾਂ ਬਾਕੀ ਬਚੀਆਂ ਉਹਨਾਂ ਵਿੱਚੋਂ 33-33 ਜਨਰਲ ਸੀਟਾਂ ਨੇ, 33 ਔਰਤਾਂ ਕੋਲ 33 ਮਰਦਾਂ ਕੋਲ। ਬਲਾਕ ਸਮਾਣਾ ਵਿੱਚ 102 ਗ੍ਰਾਮ ਪੰਚਾਇਤਾਂ ਵਿੱਚੋਂ 33 ਸੀਟਾਂ ਰਿਜ਼ਰਵ ਰੱਖ ਲਈਆਂ ਗਈਆਂ ਨੇ, ਜਿਨ੍ਹਾਂ ਵਿੱਚੋਂ 17 ਸੀਟਾਂ ਔਰਤਾਂ ਲਈ ਰੱਖੀਆਂ ਗਈਆਂ ਨੇ, ਬਾਕੀ ਬਚੀਆਂ ਜਨਰਲ 69 ਸੀਟਾਂ ਵਿੱਚੋਂ 35 ਔਰਤਾਂ ਲਈ ਅਤੇ 34 ਜਨਰਲ ਸੀਟਾਂ ਰੱਖੀਆਂ ਗਈਆਂ ਨੇ। ਬਲਾਕ ਸਨੌਰ ਦੀਆਂ 100 ਗ੍ਰਾਮ ਪੰਚਾਇਤਾਂ ਵਿੱਚੋਂ 31 ਸੀਟਾਂ ਰਿਜ਼ਰਵ ਰੱਖੀਆਂ ਗਈਆਂ ਨੇ, ਜਿਸ ਵਿੱਚੋਂ 16 ਸੀਟਾਂ ਐਸ ਸੀ ਔਰਤਾਂ ਲਈ ਰਿਜ਼ਰਵ ਨੇ ਅਤੇ ਬਾਕੀ 69 ਸੀਟਾਂ ਵਿੱਚੋਂ 34 ਔਰਤਾਂ ਲਈ ਅਤੇ 35 ਸੀਟਾਂ ਜਨਰਲ ਮਰਦਾਂ ਲਈ ਰੱਖੀਆਂ ਗਈਆਂ ਨੇ। ਬਲਾਕ ਸ਼ੰਭੂ ਦੀਆਂ ਗ੍ਰਾਮ ਪੰਚਾਇਤਾਂ ਵਿੱਚੋਂ 23 ਸੀਟਾਂ ਐਸ ਸੀ ਰੱਖੀਆਂ ਗਈਆਂ ਨੇ, ਜਿਸ ਵਿੱਚੋਂ 11 ਸੀਟਾਂ ਔਰਤਾਂ ਲਈ ਰਿਜ਼ਰਵ ਰੱਖੀਆਂ ਗਈਆਂ ਨੇ। ਬਾਕੀ ਦੀਆਂ ਜਨਰਲ ਬਾਕੀ ਬਚੀਆਂ ਜਿਹੜੀਆਂ 67 ਸੀਟਾਂ ਦੇ ਵਿੱਚੋਂ 34 ਔਰਤਾਂ ਲਈ ਅਤੇ 33 ਜਨਰਲ ਸੀਟਾਂ ਨੇ। ਕਹਿਣ ਦਾ ਭਾਵ ਕਿ ਜਿਹੜਾ ਕੁੱਲ ਪੰਚਾਇਤਾਂ ਦੀਆਂ 1022 ਗਿਣਤੀ ਹੈ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਬਲਾਕਾਂ ਦੀਆਂ, ਉਹ ਬਲਾਕਾਂ ਦੇ ਵਾਈਜ਼ ਡਾਕਟਰ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਕੰਮ ਜਿਹੜੇ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਅਧਿਕਾਰੀ ਉਹਨਾਂ ਦੇ ਵੱਲੋਂ ਵੇਰਵੇ ਸਾਂਝੇ ਕਰ ਦਿੱਤੇ ਗਏ ਨੇ। ਪਟਿਆਲਾ ਪਹਿਲਾ ਜ਼ਿਲ੍ਹਾ ਬਣਿਆ 23 ਜ਼ਿਲ੍ਹਿਆਂ ਦੇ ਵਿੱਚੋਂ ਜਿੱਥੋਂ ਦੇ ਵੇਰਵੇ ਹੁਣ ਤੱਕ ਸਾਹਮਣੇ ਆਏ ਨੇ, ਪਰ ਉਹ ਜਿਹੜੀ ਪਿੰਡਾਂ ਦੀ ਸੂਚੀ ਆ ਉਹ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਕਿ ਸੂਚੀ ਜਾਰੀ ਕਰ ਦਿੱਤੀ ਗਈ ਹੈ ਕਿ ਬਲਾਕ ਵਾਈਜ਼ ਤਾਂ ਤੁਹਾਨੂੰ ਮੋਟਾ ਮੋਟਾ ਦੱਸ ਦਿੱਤਾ ਕਿ ਕਿੰਨੀਆਂ ਸੀਟਾਂ ਨੇ ਔਰ ਕਿੰਨੀਆਂ ਉਹਦੇ ਵਿੱਚੋਂ ਰਿਜ਼ਰਵ ਨੇ, ਪਰ ਕਿਹੜੇ ਪਿੰਡ ਦੀ, ਕਿਉਂਕਿ ਲੋਕਾਂ ਦੀ ਨਜ਼ਰ ਆਪਣੇ ਆਪਣੇ ਪਿੰਡ ਦੇ ਉੱਤੇ ਹੈ ਬਲਾਕ ਪੱਧਰ 'ਤੇ ਨਹੀਂ, ਤਾਂ ਕਿਹੜੇ ਪਿੰਡ ਨੂੰ ਰਿਜ਼ਰਵ ਰੱਖਿਆ ਗਿਆ ਅਤੇ ਕਿਹੜੇ ਨੂੰ ਜਨਰਲ ਦੇ ਵਿੱਚ ਰੱਖਿਆ ਗਿਆ, ਕਿਉਂਕਿ ਨਵੇਂ ਸਿਰਿਓਂ ਰੋਸਟਰ ਤਿਆਰ ਹੋਣੇ ਸੀ ਔਰ ਜਿਹੜੀ ਰੋਟੇਸ਼ਨ ਚੱਲੀ ਆਉਂਦੀ ਸੀ ਹੁਣ ਉਸ ਮੁਤਾਬਕ ਨਹੀਂ ਹੋਵੇਗਾ, ਜਿਵੇਂ ਕਿ ਵਿਰੋਧੀਆਂ ਨੇ ਵੀ ਇਲਜ਼ਾਮ ਲਾਏ ਕਿ ਜਿਹੜਾ ਰੋਸਟਰ ਤਿਆਰ ਕਰਨ ਦੇ ਲਈ ਵਿਧਾਇਕ ਆਪਣਾ ਜਿਹੜਾ ਰਸੂਖ ਵਰਤ ਕੇ ਆਪਣੇ ਹਿਸਾਬ ਦੇ ਨਾਲ ਚੋਣ ਜਿਹੜੇ ਅਧਿਕਾਰੀ ਨੇ ਖਾਸ ਕਰਕੇ ਉਹਨਾਂ ਨੂੰ ਕਹਿ ਸਕਦੇ ਨੇ ਕਿ ਰੋਸਟਰ ਤਿਆਰ ਕਰਨ ਲੱਗਿਆਂ ਕਿਹੜੀ ਸੀਟ ਪਿੰਡ ਦੀ ਰਿਜ਼ਰਵ ਰੱਖਣੀ ਹੈ ਅਤੇ ਕਿਹੜੀ ਜਨਰਲ ਰੱਖਣੀ ਹੈ। ਉਸ ਦੇ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ ਵੱਲੋਂ ਵੇਰਵੇ ਸਾਂਝੇ ਹੋ ਗਏ ਨੇ, ਬਾਕੀ ਕੁਝ ਜ਼ਿਲ੍ਹਿਆਂ ਦੀ ਵੀ ਉਮੀਦ ਹੈ ਕਿ ਅੱਜ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਰਿਜ਼ਰਵ ਹੋਈਆਂ ਸੂਚੀਆਂ ਨੇ ਜਿਹੜੀਆਂ ਉਹ ਸਾਹਮਣੇ ਆ ਜਾਣਗੀਆਂ ਅਤੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਜਾ ਕੇ ਤੁਸੀਂ ਵੇਰਵੇ ਸਾਂਝੇ ਕਰ ਸਕਦੇ ਹੋ ਕਿ ਜ਼ਿਲ੍ਹਾ ਪਟਿਆਲਾ ਦੀ ਜਿਹੜੀ ਇਹ ਸੂਚੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਕਿਹੜੇ ਬਲਾਕ 'ਚ ਕਿੰਨੀਆਂ ਸੀਟਾਂ ਰਿਜ਼ਰਵ ਨੇ, ਉਹਨਾਂ ਦੇ ਵਿੱਚੋਂ ਕਿਹੜੇ ਪਿੰਡ ਦੀ ਸੀਟ ਰਿਜ਼ਰਵ ਰੱਖੀ ਗਈ ਹੈ, ਕਿਹੜੀ ਜਨਰਲ ਹੈ, ਔਰ ਕਿਹੜੇ ਪਿੰਡ ਦੇ ਵਿੱਚ ਔਰਤਾਂ ਲਈ ਐਸ ਸੀ ਰਿਜ਼ਰਵ ਹੈ, ਕਿਹੜੇ ਪਿੰਡਾਂ ਦੇ ਵਿੱਚ ਮਰਦਾਂ ਲਈ ਐਸ ਸੀ ਰਿਜ਼ਰਵ ਸੀਟ ਹੈ, ਇਹ ਸਾਰਾ ਤੁਸੀਂ ਵੈਬਸਾਈਟ ਦੇ ਉੱਤੇ ਵੇਰਵੇ ਸਾਂਝੇ ਕਰ ਸਕਦੇ ਹੋ, ਜਿਹੜਾ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ, ਉੱਥੇ ਜਾ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਕਿਹੜੇ ਪਿੰਡ ਦੀ ਕਿਹੜੀ ਸੂਚੀ ਹੈ। ਹਾਲਾਂਕਿ ਬਾਕੀ ਕਈ ਜ਼ਿਲ੍ਹੇ ਐਸੇ ਪਏ ਨੇ ਜਿਨ੍ਹਾਂ ਦੇ ਹਾਲੇ ਰਿਜ਼ਰਵੇਸ਼ਨ ਦੀ ਸੂਚੀ ਆਉਣੀ ਬਾਕੀ ਹੈ, ਕਿਉਂਕਿ ਉਹਨਾਂ ਨੇ ਪੰਚਾਇਤ ਮੰਤਰੀ ਜਿਹੜੇ ਨਵੇਂ ਬਣੇ ਨੇ ਤਰਨਪ੍ਰੀਤ ਸਿੰਘ ਸੋਹਣ ਉਹਨਾਂ ਨੂੰ ਭਰੋਸਾ ਦਵਾ ਦਿੱਤਾ ਸੀ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੇ ਕਿ ਸਾਡੇ ਕੋਲ ਰੋਸਟਰ ਤਿਆਰ ਨੇ।
ਤੇ ਰਿਜ਼ਰਵੇਸ਼ਨ ਨੂੰ ਲੈ ਕੇ ਜਿਹੜੀ ਸੂਚੀ ਹਾਲੇ ਆਉਣੀ ਬਾਕੀ ਸੀ, ਇੱਕ ਇੱਕ ਕਰਕੇ ਹੁਣ ਸਮੂਹ ਜ਼ਿਲ੍ਹਿਆਂ ਦੀਆਂ ਜਿਹੜੀਆਂ ਰਿਜ਼ਰਵੇਸ਼ਨ ਨੂੰ ਉਹ ਆ ਜਾਣਗੀਆਂ, ਕਿਉਂਕਿ ਅੱਜ ਆਉਣੀਆਂ ਹੀ ਜ਼ਰੂਰੀ ਨੇ। ਕੱਲ੍ਹ ਤਾਂ ਕਾਗਜ਼ ਭਰੇ ਜਾਣਗੇ 11 ਵਜੇ ਤੋਂ ਬਾਅਦ, ਅਤੇ ਜਿਹੜੇ ਜ਼ਿਲ੍ਹੇ ਰਹਿ ਜਾਣਗੇ ਹੋ ਸਕਦਾ ਕੱਲ੍ਹ ਸਵੇਰੇ ਸਵੇਰੇ ਵੀ ਉਹ ਜਾਰੀ ਕਰ ਦੇਣ, ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਪੂਰੇ ਅਹਿਮ ਟਾਈਮ ਦੇ ਉੱਤੇ ਸੂਚੀਆਂ ਜਿਹੜੀਆਂ ਜਾਰੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਫਿਲਹਾਲ ਇਸ ਜਾਣਕਾਰੀ ਵਿੱਚ ਇੰਨਾ ਹੀ, ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।